ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅਤੇ ਲਓ, ਅੱਜ ਹੋ ਗਈ 25 ਮਾਰਚ 2023, ਦਿਨ ਹੋ ਗਿਆ ਸ਼ਨੀਵਾਰ ਅਤੇ ਆ ਗਿਆ ਵੀਕਐਂਡ। ਸਾਰਿਆਂ ਨੂੰ ਹੈਪੀ ਵੀਕਐਂਡ। ਅਤੇ ਚੱਲਦੇ ਹਾਂ ਖਬਰਾਂ 'ਤੇ। ਖਬਰਾਂ 'ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਜਿਹੜੀ ਡੇਲੀ ਦੀ ਅਪਡੇਟ ਆ, ਡੇਲੀ ਦੀ ਖਬਰ ਆ, ਇਮੀਗ੍ਰੇਸ਼ਨ ਦੀ ਹੋ ਗਈ, ਇਟਲੀ ਦੀ ਨਵੀਂ ਅਪਡੇਟ, ਉਹ ਆਪਾਂ ਤੁਹਾਡੇ ਨਾਲ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਅੱਜ ਹੋ ਗਈ 25, ਅਤੇ ਕੱਲ੍ਹ ਨੂੰ ਹੈਗੀ 26। ਅੱਜ ਦੀ ਰਾਤ ਨੂੰ ਜਿਹੜਾ ਪੂਰੇ ਯੂਰਪ ਦਾ ਜਿਹੜਾ ਟਾਈਮ ਆ ਬਦਲਣ ਜਾ ਰਿਹਾ, ਅੱਜ ਰਾਤ ਨੂੰ ਤਕਰੀਬਨ 2 ਵਜੇ ਤੋਂ ਲੈ ਕੇ 3 ਵਜੇ ਤੱਕ ਆ ਜਿਹੜਾ ਟਾਈਮ ਦਾ ਫਰਕ ਪੈ ਜਾਣਾ। ਟਾਈਮ ਦਾ ਫਰਕ ਕਿਵੇਂ ਪੈ ਜਾਣਾ? ਯੂਰਪ ਦਾ ਪੂਰਾ ਟਾਈਮ ਜਿਹੜਾ ਬਦਲ ਜਾਂਦਾ, ਤੁਹਾਨੂੰ ਪਤਾ ਹੀ ਆ, ਸਰਦੀਆਂ ਦੇ ਵਿੱਚ ਅਤੇ ਗਰਮੀਆਂ ਦੇ ਵਿੱਚ। ਜਦੋਂ ਗਰਮੀਆਂ ਦੀ ਸਟਾਰਟਿੰਗ ਹੁੰਦੀ ਆ ਉਦੋਂ ਬਦਲਦਾ, ਅਤੇ ਜਾਂ ਸਰਦੀਆਂ ਦੀ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ, ਜਿਵੇਂ ਆਪਣੇ ਇੰਡੀਆ ਦੇ ਵਿੱਚ ਕਹਿ ਸਕਦੇ ਹਾਂ ਆਪਾਂ, ਇੰਡੀਆ ਦੇ ਵਿੱਚ ਜਿਹੜਾ ਸਕੂਲਾਂ ਦਾ ਟਾਈਮ ਬਦਲ ਦਿੰਦੇ ਆ, ਜੋ ਦਿਨ ਛੋਟੇ ਹੋ ਜਾਂਦੇ ਜਾਂ ਦਿਨ ਵੱਡੇ ਹੋ ਜਾਂਦੇ ਆ, ਅਤੇ ਸਕੂਲਾਂ ਦਾ ਟਾਈਮ ਬਦਲ ਦਿੰਦੇ ਆ। ਇੱਥੇ ਸਕੂਲਾਂ ਕਾਲਜਾਂ ਦਾ ਟਾਈਮ ਨਹੀਂ ਬਦਲਦੇ, ਇੱਥੇ ਪੂਰਾ ਟਾਈਮ ਪੀ ਸੀ ਬਦਲ ਦਿੰਦੇ ਆ ਪੂਰੇ ਯੂਰਪ ਦੇ ਵਿੱਚ। ਅਤੇ ਇਹ ਜਿਹੜਾ ਯੂਰਪ ਦਾ ਟਾਈਮ ਆ, ਹੁਣ ਸ਼ਨੀਵਾਰ ਦੀ ਰਾਤ ਨੂੰ, ਮਤਲਬ ਅੱਜ ਰਾਤ ਨੂੰ, ਇਹ ਜਿਹੜਾ 1 ਘੰਟਾ ਅੱਗੇ ਹੋਣ ਜਾ ਰਿਹਾ। ਮੰਨ ਲਓ ਜਿੱਥੇ ਤੁਸੀਂ ਕਹਿੰਦੇ ਹੋਗੇ 2 ਵਜੇ ਆ ਰਾਤ ਦੇ, ਅਤੇ ਉੱਥੇ 2 ਨਹੀਂ, ਉੱਥੇ 3 ਵੱਜ ਜਾਣੇ ਆ, ਮਤਲਬ 1 ਘੰਟਾ ਅੱਗੇ ਹੋ ਜਾਣਾ। ਤੁਸੀਂ ਸੋਚ ਕੇ ਚੱਲੋਗੇ ਵੀ ਮੈਂ 1 ਘੰਟਾ ਵੱਧ ਸੌਂਗਾ, 1 ਘੰਟਾ ਘੱਟ ਰਾਤ ਨੂੰ ਸੁੱਤਾ ਜਾਣਾ, ਕਿਉਂਕਿ ਜੇ ਤੁਸੀਂ ਸਵੇਰੇ 6 ਵਜੇ ਉੱਠਦੇ ਆ ਡੇਲੀ, ਤਾਂ ਤੁਹਾਨੂੰ ਤਕਰੀਬਨ 5 ਵਜੇ ਉੱਠਣਾ ਪੈਣਾ, ਕਿਉਂਕਿ ਜਦੋਂ 5 ਵਜੇ ਹੋ ਜਾ 5 ਵਜਣਗੇ ਪਹਿਲਾਂ ਵਾਲੇ ਟਾਈਮ ਦੇ ਹਿਸਾਬ ਨਾਲ, ਉਦੋਂ 6 ਵੱਜ ਜਾਣੇ ਆ ਤੁਹਾਡੇ। ਸੋ ਦੋਸਤੋ, ਇਹਦੇ ਟਾਈਮ ਆ ਜਿਹੜੇ ਇਟਲੀ ਯੂਰਪ ਦੇ, ਹਰ ਸਾਲ ਸਾਲ ਦੇ ਵਿੱਚ 2 ਵਾਰੀ ਚੇਂਜ ਹੁੰਦੇ ਆ। ਅਤੇ ਬਾਕੀ ਇਹ ਟਾਈਮ ਜਿਹੜੇ ਫੋਨਾਂ ਦੇ ਉੱਤੇ, ਜਿਹੜੇ ਆਪਣੇ ਕੋਲ ਫੋਨ ਆ ਉਹਨਾਂ ਦੇ ਉੱਤੇ ਆਟੋਮੈਟਿਕ ਚੇਂਜ ਹੋ ਜਾਂਦੇ ਆ। ਬਾਕੀ ਜਿਹੜੇ ਆਪਣੇ ਟਾਈਮ ਪੀਸ ਆ, ਕਲੋਕ ਘਰਾਂ ਦੇ ਵਿੱਚ ਲੱਗੇ ਹੋਏ ਆ, ਉਹਨਾਂ ਦਾ ਹੱਥਾਂ ਨਾਲ ਟਾਈਮ ਬਦਲਣਾ ਪੈਂਦਾ। ਸੋ 1-2 ਦਿਨ ਤਾਂ ਬਹੁਤ ਭੁਲੇਖਾ ਪੈਂਦਾ ਇਹ ਟਾਈਮਾਂ ਦੇ ਚੱਕਰ ਦੇ ਵਿੱਚ। ਅਤੇ ਬਾਕੀ ਜਿਹੜਾ ਕੋਈ ਚੱਕਰ ਨਹੀਂ, ਕਿਉਂਕਿ ਹੁਣ ਮੈਂ ਦੱਸਦਾ ਵੀ ਇੰਡੀਆ ਨਾਲੋਂ ਪਹਿਲਾਂ 4.5 ਘੰਟੇ ਦਾ ਫਰਕ ਸੀਗਾ, ਅਤੇ ਐਤਵਾਰ ਨੂੰ ਜਦੋਂ ਸੁਬਾਹ ਉੱਠੋਗੇ 3.5 ਘੰਟੇ ਦਾ ਫਰਕ, ਮਤਲਬ 1 ਘੰਟਾ ਇੰਡੀਆ ਦੇ ਆਪਾਂ ਹੋਰ ਨੇੜੇ ਚੱਲ ਜਾਂਗੇ। ਉਸ ਤੋਂ ਬਾਅਦ 29 ਅਕਤੂਬਰ 2023 ਨੂੰ ਇਹੀ ਟਾਈਮ ਜਿਹੜਾ ਫਿਰ ਵਾਪਸ ਆ ਜਾਣਾ, ਮਤਲਬ 29 ਅਕਤੂਬਰ ਨੂੰ ਟਾਈਮ ਆ ਜਿਹੜਾ ਫਿਰ 4.5 ਘੰਟੇ ਦਾ ਫਰਕ ਪੈ ਜਾਣਾ, ਮਤਲਬ ਘੜੀਆਂ ਫਿਰ 1 ਘੰਟਾ ਪਿੱਛੇ ਹੋ ਜਾਣੀਆਂ, ਹੁਣ ਅੱਗੇ ਹੋਣਗੀਆਂ ਅਤੇ 1 ਘੰਟਾ ਫਿਰ ਪਿੱਛੇ ਹੋ ਜਾਣਗੀਆਂ। ਅਤੇ ਇਹਦੇ ਨਾਲ ਦੋਸਤੋ ਦੱਸਿਆ ਜਾਂਦਾ ਵੀ 220 ਮਿਲੀਅਨ ਯੂਰੋ ਦੀ ਜਿਹੜੀ ਬੱਚਤ ਹੁੰਦੀ ਆ ਸਰਕਾਰ ਨੂੰ ਇਹ ਟਾਈਮ ਬਦਲਣ ਦੇ ਨਾਲ, ਕਿਉਂਕਿ ਜਿਹੜੀ ਸੂਰਜੀ ਊਰਜਾ ਉਹਦੀ, ਉਸ ਦੇ ਬੇਸ 'ਤੇ ਇਹ ਟਾਈਮ ਦਾ ਜਿਹੜਾ ਚੇਂਜ ਕੀਤਾ ਜਾਂਦਾ ਟਾਈਮ। ਅਤੇ ਅਗਲੀ ਖਬਰ ਦੋਸਤੋ ਇਮੀਗ੍ਰੇਸ਼ਨ ਦੀ, ਇਮੀਗ੍ਰੇਸ਼ਨ 'ਤੇ ਮੈਂ ਪਹਿਲਾਂ ਹੀ ਖਬਰਾਂ ਸ਼ੇਅਰ ਕਰ ਦਿੰਦਾ ਇੱਥੇ। ਮੈਂ ਇਹ ਦੱਸਦਾ ਦੋਸਤੋ ਕਿ ਕਿਉਂਕਿ ਹਰ ਚੈਨਲ ਦਾ, ਜਿਵੇਂ ਮੇਰਾ ਚੈਨਲ ਆ ਜਾਂ ਬਹੁਤ ਚੈਨਲ ਚੱਲਦੇ, ਹਰ ਚੈਨਲ ਦਾ ਆਪਣਾ ਇੱਕ ਨੀਸ਼ ਹੁੰਦਾ, ਆਪਣਾ ਇੱਕ ਟਾਰਗੇਟ ਹੁੰਦਾ। ਕਿ ਜਿਵੇਂ ਮੈਂ ਸ਼ੇਅਰ ਕਰਦਾ ਹੁੰਦਾ ਜ਼ਿਆਦਾਤਰ ਖਬਰਾਂ ਇਮੀਗ੍ਰੇਸ਼ਨ ਦੀਆਂ, ਅਤੇ ਜਾਂ ਬੋਨਸਾਂ ਦੀਆਂ, ਜਾਂ ਇਟਲੀ ਦੇ ਵਿੱਚ ਰਹਿੰਦੇ ਰਵੀਰ ਆ ਉਹਨਾਂ ਵਾਸਤੇ ਕੰਮ ਦੀਆਂ ਗੱਲਾਂ, ਜਾਂ ਆਉਣ ਵਾਲੇ ਉਹਨਾਂ ਵਾਸਤੇ ਕੰਮ ਦੀਆਂ ਗੱਲਾਂ, ਜਾਂ ਮੇਨ ਖਬਰਾਂ ਇਟਾਲੀਅਨ ਖਬਰਾਂ। ਅਤੇ ਇਸੇ ਤਰ੍ਹਾਂ ਹੀ ਕਈ ਮੇਰੇ ਵੀਰਾਂ ਦੇ ਚੈਨਲ ਵੀ ਆ, ਪੁਰਾਣੇ ਚੈਨਲ ਚੱਲਦੇ ਆ, ਬਹੁਤ ਵਧੀਆ ਚੈਨਲ ਆ, ਕੋਈ ਪੋਲੀਟਿਕਸ ਦੀਆਂ ਗੱਲਾਂ ਕਰਦਾ, ਇਟਾਲੀਅਨ ਪੋਲੀਟਿਕਸ ਦੀਆਂ, ਕਈ ਕੋਈ ਹੋਰ ਕਿਸੇ ਮੁੱਦੇ ਦੀਆਂ। ਅਤੇ ਆਪਾਂ ਜ਼ਿਆਦਾਤਰ ਲੈ ਕੇ ਆਉਂਦੇ ਹੁੰਦੇ ਤੁਹਾਡੇ ਵਾਸਤੇ, ਜਿਹੜੀਆਂ ਤੁਹਾਡੇ ਕੰਮ ਦੀਆਂ ਖਬਰਾਂ ਆਪਣੇ ਪੰਜਾਬੀ ਵੀਰਾਂ ਵਾਸਤੇ ਜਿਹੜੇ ਇੱਥੇ ਰਹਿੰਦੇ ਆ, ਇਸ ਤਰ੍ਹਾਂ ਨੇਰੀ ਪੰਜਾਬੀ ਹੋ ਗਏ, ਪਾਕਿਸਤਾਨੀ, ਬੰਗਲਾਦੇਸ਼ੀ, ਕੋਈ ਵੀ ਵੀਰ ਆ ਜਿਹੜੇ ਬਾਹਰੋਂ ਇੱਥੇ ਰਹਿੰਦੇ ਆ ਜਾਂ ਆ ਰਹੇ ਆ, ਕਿਵੇਂ ਆਉਣਾ ਇੱਥੇ, ਕੀ ਕਰਨਾ, ਕੀ ਬੋਨਸ ਲੈਣੇ, ਕਿਹੜੇ ਫਾਇਦੇ ਲੈਣੇ, ਆਪਾਂ ਉਹੀ ਖਬਰਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਅਤੇ ਉਸ ਤੋਂ ਅਗਲੀ ਖਬਰ ਦੋਸਤੋ ਫਰਾਂਸ ਤੋਂ ਆ ਰਹੀ ਹੈ। ਫਰਾਂਸ ਅਤੇ ਇਟਲੀ ਦੇ ਵਿੱਚ ਜਿਹੜਾ ਇੱਕ ਸਮਝੌਤਾ ਹੋਇਆ, ਇਹ ਤਾਂ ਦੱਸਦਾ ਵੀ ਫਰਾਂਸ ਅਤੇ ਇਟਲੀ ਆਹਮੋ ਸਾਹਮਣੇ ਹੋਏ ਆ, ਬਹੁਤ ਦੇਰ ਬਾਅਦ ਆਹਮੋ ਸਾਹਮਣੇ ਹੋਏ ਆ ਫਰਾਂਸ ਅਤੇ ਇਟਲੀ ਦੇ, ਇਟਲੀ ਦੀ ਪ੍ਰਧਾਨ ਮੰਤਰੀ ਮਲੋਨੀ ਅਤੇ ਫਰਾਂਸ ਦੇ ਪ੍ਰਧਾਨ ਮੰਤਰੀ ਆਹਮੋ ਸਾਹਮਣੇ ਆਪਸ ਵਿੱਚ ਉਹਨਾਂ ਦੀ ਮੀਟਿੰਗ ਹੋਈ ਆ, ਫੇਸ ਟੂ ਫੇਸ ਮੀਟਿੰਗ ਹੋਈ ਆ। ਇਹਦੇ ਤੋਂ ਇਟਲੀ ਤੋਂ ਖੁਸ਼ ਹੋਇਆ ਫਰਾਂਸ ਦਾ ਪ੍ਰਧਾਨ ਮੰਤਰੀ, ਇਹਨਾਂ ਨੇ ਆਪਸ ਵਿੱਚ ਕਈ ਮੁੱਦਿਆਂ 'ਤੇ ਵਾਰਤਾਲਾਪ ਕੀਤੀ ਹੈ। ਅਤੇ ਹੁਣ ਦੋਵਾਂ ਮੁਲਕਾਂ ਨੇ, ਇਟਲੀ ਅਤੇ ਫਰਾਂਸ ਨੇ, ਇੱਕ ਮਿਸ਼ਨ ਜਿਹੜਾ ਇਮੀਗ੍ਰੇਸ਼ਨ 'ਤੇ, ਇਲੀਗਲ ਇਮੀਗ੍ਰੇਸ਼ਨ 'ਤੇ ਮਿਸ਼ਨ ਇਹਨਾਂ ਨੇ ਸ਼ੁਰੂ ਕਰਨਾ, ਕਿਉਂਕਿ ਇਹ ਜਿਹੜਾ ਤੁਨੀਸ਼ੀਆ ਇੱਕ ਕੰਟਰੀ ਤੁਹਾਨੂੰ ਪਤਾ ਹੈ, ਬਹੁਤ ਜਿੱਥੋਂ ਕਿ ਜ਼ਿਆਦਾਤਰ ਕਿਸ਼ਤੀਆਂ ਭਰ ਭਰ ਆਉਂਦੀਆਂ ਇਟਲੀ ਨੂੰ, ਅਤੇ ਉਹਦੇ ਮੁੱਦੇ 'ਤੇ ਜਿਹੜੀ ਜ਼ਿਆਦਾਤਰ ਗੱਲ ਕੀਤੀ ਗਈ ਹੈ।
ਅਤੇ ਬਈ ਤੁਨੀਸ਼ੀਆ ਤੋਂ ਲੋਕ ਕਿਉਂ ਰਿਸਕ ਲੈਂਦੇ ਆ, ਆਪਣੀਆਂ ਜਾਨਾਂ ਦਾ ਰਿਸਕ ਲੈ ਕੇ ਆਉਂਦੇ ਆ, ਅਤੇ ਉਸ ਮੁੱਦੇ 'ਤੇ ਉਸ ਕੰਮ ਨੂੰ ਨੱਥ ਪਾਉਣ ਵਾਸਤੇ ਜਿਹੜਾ ਇਹਨਾਂ ਦੋਵਾਂ ਮੁਲਕਾਂ ਦਾ ਆਪਸ ਵਿੱਚ ਸਮਝੌਤਾ ਹੋਇਆ। ਅਤੇ ਇੱਥੇ ਇਹ ਮੈਂ ਦੱਸ ਦਿੰਦਾ ਦੋਸਤੋ, ਤੁਨੀਸ਼ੀਆ, ਤੁਨੀਸ਼ੀਆ ਇੱਕ ਇਹੋ ਜਿਹੀ ਕੰਟਰੀ ਆ, ਤੁਨੀਸ਼ੀਆ ਹੋ ਗਿਆ, ਸਰਬੀਆ ਹੋ ਗਿਆ, ਤੁਰਕੀ ਹੋ ਗਿਆ, ਇਹ ਇਹੋ ਜਿਹੀ ਕੰਟਰੀ ਆ ਵੀ ਜਿੱਥੋਂ ਕਿਸ਼ਤੀਆਂ ਭਰ ਭਰ ਕੇ ਆਉਂਦੀਆਂ, ਕਿਉਂਕਿ ਤੁਨੀਸ਼ੀਆ ਅਤੇ ਸਰਬੀਆ ਇਹਨਾਂ ਕੰਟਰੀਆਂ ਦੇ ਵਿੱਚ ਭੀੜ ਪਈ ਵੀ ਆ ਲੋਕਾਂ 'ਤੇ, ਲੋਕ ਮਾਰੇ ਹੋਏ ਆ ਭੁੱਖਮਰੀ ਦੇ ਜਾਂ ਆਪਾਂ ਕਹਿ ਸਕਦੇ ਆਰਥਿਕ ਤੰਗੀ ਦੇ, ਤਾਂ ਕਿ ਆਪਦੀ ਇਸੇ ਕਰਕੇ ਆਪਦੀ ਜਾਨ ਦਾ ਜੋਖਮ ਲੈਂਦੇ ਆ। ਅਤੇ ਹੁਣ ਇਹਨਾਂ ਮੁਲਕਾਂ ਦੀ ਆੜ ਦੇ ਹੇਠ ਜਿਹੜੇ ਆਪਣੇ ਇੰਡੀਆ ਪਾਕਿਸਤਾਨ ਤੋਂ ਏਜੰਟ ਆ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ, ਉਹ ਭੇਜ ਦਿੰਦਾ ਤੁਹਾਨੂੰ ਥੋੜ੍ਹੇ ਪੈਸਿਆਂ ਦੇ ਵਿੱਚ, ਤੁਨੀਸ਼ੀਆ ਹੋ ਗਿਆ, ਸਰਬੀਆ ਹੋ ਗਿਆ, ਵੀ ਘੱਟ ਪੈਸਿਆਂ ਦੇ ਵਿੱਚ ਉੱਥੇ ਪਹੁੰਚ ਜਾਓ, ਉੱਥੋਂ ਤੁਹਾਨੂੰ ਇਟਲੀ ਪਹੁੰਚਾ ਦਾਂਗੇ। ਉਹ ਦੋਸਤੋ ਇਹਨਾਂ ਕਿਸ਼ਤੀਆਂ ਦੇ ਰਾਹੀਂ ਇਟਲੀ ਪਹੁੰਚਾਉਣ ਦੀ ਗੱਲ ਕਰਦੇ ਹੁੰਦੇ ਆ। ਸੋ ਮੇਰਾ ਵੀਰ, ਕੋਈ ਵੀ ਜੇ ਕੋਈ ਤੁਹਾਨੂੰ ਏਜੰਟ ਕਹਿੰਦਾ ਵੀ ਤੁਨੀਸ਼ੀਆ ਸਰਬੀਆ ਆ ਜਾਓ, ਮਤਲਬ ਥੋੜ੍ਹੇ ਪੈਸਿਆਂ ਦੇ ਵਿੱਚ ਤੁਸੀਂ ਫਿਰ ਇਟਲੀ ਜਾ ਸਕਦੇ ਆ ਸੌਖੇ ਤਰੀਕੇ ਨਾਲ, ਸੌਖੇ ਤਰੀਕੇ ਨਾਲ ਤੁਸੀਂ ਵੇਖ ਲਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਿਸ਼ਤੀ ਡੁੱਬੀ ਸੀਗੀ, ਉਹਦੇ ਵਿੱਚ 80-85 ਲੋਕਾਂ ਦੀ ਮੌਤ ਹੋ ਚੁੱਕੀ ਆ। ਅਤੇ ਇਸੇ ਤਰ੍ਹਾਂ ਹੀ ਪਤਾ ਨਹੀਂ ਕਿੰਨੀਆਂ ਕਿਸ਼ਤੀਆਂ ਡੁੱਬਦੀਆਂ, ਇਹ ਤਾਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਆਪਾਂ ਉਹੀ ਸ਼ੇਅਰ ਕਰਦੇ ਹੁੰਦੇ ਹਾਂ। ਸੋ ਮੇਰਾ ਵੀਰ, ਕੋਈ ਵੀ ਇਸੇ ਤਰ੍ਹਾਂ ਦਾ ਰਿਸਕ ਨਾ ਲਿਆ ਕਰੋ, ਕਿਸੇ ਏਜੰਟਾਂ ਦੀਆਂ ਗੱਲਾਂ 'ਚ ਨਾ ਆਓ, ਠੀਕ ਹੈ, ਜੇ ਆਉਣਾ ਸਿੱਧੇ ਆ ਜਾਓ, ਕੋਈ ਚੱਕਰ ਨਹੀਂ, ਭਲਾ ਕੋਈ ਐਂਟਰੀ ਕਰਾਉਂਦਾ, ਠੀਕ ਆ, ਇੱਕ ਨੰਬਰ 'ਚ ਤਾਂ ਆਓਗੇ ਸਿੱਧੇ, ਉੱਥੋਂ ਫਲੈਟ ਫੜ ਕੇ ਉਤਰੋਗੇ ਤਾਂ ਸਹੀ, ਇੱਥੇ ਆਏ ਨੂੰ ਭਲਾ ਕੰਮ ਮਿਲੇ ਨਾ ਮਿਲੇ ਉਹ ਵੱਖਰੀ ਗੱਲ ਹੁੰਦੀ ਹੈ, ਅਤੇ ਬਾਕੀ ਰਿਸਕ ਡੌਕੀਆ ਰਿਸਕ ਮੇਰੇ ਵੀਰ ਕੋਈ ਨਾ ਲਿਆ ਕਰੋ। ਅੱਗੇ ਗੱਲ ਕਰਦੇ ਦੋਸਤੋ, ਮੈਂ ਕੱਲ੍ਹ ਵੀਡੀਓ ਪਾਈ ਸੀ ਜਿਹੜੀ ਵੀ 23,000 ਕੋਟਾ ਹੋਰ ਨਿਕਲਦੀ ਸੰਭਾਵਨਾ, ਜਿਹੜਾ ਕੁਲਫ ਅਤੇ ਬਦਾਂਤੇ, ਕੁਲਫ ਅਤੇ ਬਦਾਂਤੇ ਉਹ ਹੁੰਦੇ ਆ ਜਿਹੜੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਕਰਦੇ ਆ, ਮਤਲਬ ਬੁੱਢੇ ਬਜ਼ੁਰਗ ਹੁੰਦੇ ਜਿਹੜੇ ਇੱਥੋਂ ਦੇ, ਉਹਨਾਂ ਦੀ ਸਾਂਭ ਸੰਭਾਲ, ਅਤੇ ਉਹਨਾਂ ਨੂੰ ਮਤਲਬ ਖਾਣਾ ਪਾਣੀ ਦੇਣਾ, ਘਰ ਦੀ ਸਾਫ਼ ਸਫਾਈ ਕਰਨੀ, ਜਾਂ ਬਦਾਂਤੇ ਹੁੰਦਾ ਅਤੇ ਕੁਲਫ ਹੁੰਦਾ ਵੀ ਜਿਹੜੇ ਘਰਾਂ ਦੀ ਦੇਖਭਾਲ ਕਰਦੇ ਆ, ਉਹਨਾਂ ਵਾਸਤੇ ਜਿਹੜੀ ਉਸ ਮਹਿਕਮੇ ਨੇ ਸਰਕਾਰ ਅੱਗੇ ਮੰਗ ਕੀਤੀ ਆ ਵੀ ਸਾਨੂੰ 23,000 ਬੰਦਾ ਚਾਹੀਦਾ ਬਾਹਰੋਂ, ਬਾਹਰੋਂ ਆਉਣ ਵਾਲਿਆਂ ਵਾਸਤੇ, ਮਤਲਬ ਹੋਰ ਕੰਟਰੀਆਂ ਤੋਂ, ਕਿਉਂਕਿ 76% ਲੋਕ ਆ ਜਿਹੜੇ ਆਪਣੇ ਬਾਹਰਲੇ ਕੰਟਰੀਆਂ ਦੇ ਬਜ਼ੁਰਗਾਂ ਨੂੰ ਸਾਂਭਦੇ ਇੱਥੇ ਜਾਂ ਘਰਾਂ ਦਾ ਕੰਮ ਕਰਦੇ ਆ। ਇੱਥੇ ਮੇਰੇ ਵੀਰਾਂ ਦੇ ਕਹਿੰਦੇ ਕਮੈਂਟ ਆਏ ਸੀਗੇ ਵੀ ਭਾਈ ਇਹ ਡੋਮੈਸਟਿਕ ਪੇਪਰ, ਡੋਮੈਸਟਿਕ ਪੇਪਰਾਂ ਦੀ ਗੱਲ ਆ, ਡੋਮੈਸਟਿਕ ਪੇਪਰਾਂ ਦੀ ਹਜੇ ਤੱਕ ਦੋਸਤੋ ਕੋਈ ਗੱਲ ਨਹੀਂ ਚੱਲ ਰਹੀ, ਨਾ ਡੋਮੈਸਟਿਕ ਪੇਪਰਾਂ ਦੀ, ਅਤੇ ਨਾ ਹੀ ਗੱਲ ਚੱਲੀ ਹੈ ਵੀ ਜਿਹੜੇ ਕੱਚੇ ਬੰਦਿਆਂ ਵਾਸਤੇ ਪੱਕੇ ਕਰਨ ਦੀ ਕੋਈ ਗੱਲ ਨਹੀਂ ਹਜੇ ਤੱਕ ਚੱਲੀ ਗਈ। ਸੋ ਹਜੇ ਯੂਰਪ ਪਾਰਲੀਮੈਂਟ ਦੇ ਵਿੱਚ ਰੌਲਾ ਚੱਲ ਰਿਹਾ, ਗੱਲਬਾਤ ਚੱਲ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਕੋਈ ਖੁਸ਼ਖਬਰੀ ਮਿਲ ਜੇ, ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਜਿਹੜੇ ਇਹ ਸੈਨਾਤੋਰੀਆ ਖੁੱਲ੍ਹਦਾ ਹੁੰਦਾ ਇਟਲੀ ਦੇ ਵਿੱਚ, ਤਕਰੀਬਨ ਹਰ 5-4 ਸਾਲ ਬਾਅਦ ਹੀ ਖੁੱਲ੍ਹਦਾ ਹੁੰਦਾ, ਉਸ ਤੋਂ ਪਹਿਲਾਂ ਨਹੀਂ, ਜੋ ਜ਼ਿਆਦਾ ਰਸ਼ ਪੈ ਜਾਂਦਾ ਆਪਣੇ ਬੰਦਿਆਂ ਦਾ। ਸੋ ਜਿਹੜੇ ਮੇਰੇ ਵੀਰ ਹੈਗੇ ਆ, ਆਪੋ ਆਪਣਾ ਜਿਹੜੇ ਕੰਮਾਂ 'ਤੇ ਭਲਾ ਘੱਟ ਪੈਸੇ ਵਾਲੇ ਕੰਮਾਂ 'ਤੇ ਲੱਗੇ ਆ, ਆਪੋ ਆਪਣਾ ਉੱਥੇ ਟਿਕੇ ਰਹੋ, ਆਪਦੇ ਮਾਲਕ ਨੂੰ ਬਣਾ ਕੇ ਰੱਖੋ। ਜੇ ਤੁਸੀਂ ਪੇਪਰ ਬਣਾਉਣੇ ਆ ਜਿਹੜੇ ਕੱਚੇ ਬੰਦੇ ਆ, ਉਹਨਾਂ ਵਾਸਤੇ ਮੈਂ ਕਹਿ ਰਿਹਾ ਵੀ ਆਪਦੇ ਮਾਲਕ ਨਾਲ ਬਣਾ ਕੇ ਰੱਖੋ। ਅਤੇ ਅੱਗੇ ਗੱਲ ਕਰਦੇ ਦੋਸਤੋ, ਬਾਕੀ ਇਹ ਸੋਮਵਾਰ ਆ ਜਾਓਗਾ, ਸ਼ਨੀਵਾਰ, ਕੱਲ੍ਹ ਨੂੰ ਐਤਵਾਰ, ਅਤੇ ਪਰਸੋਂ ਸੋਮਵਾਰ। ਪਰਸੋਂ ਤੁਹਾਨੂੰ ਪਤਾ ਹੀ ਵੀ ਸਵੇਰੇ 9 ਵਜੇ ਜਿਹੜੇ ਪੇਪਰ ਭਰੇ ਹੋਏ ਆ ਪਹਿਲਾਂ ਤਿਆਰ ਹੋ ਚੁੱਕੀਆਂ, ਅਤੇ ਉਹਨਾਂ ਦਾ ਕਲੈਕਟ ਹੋ ਜਾਣਾ ਸਵੇਰੇ 9 ਵਜੇ। ਇਹਦੇ 'ਤੇ ਮੈਂ ਕਈ ਹੋਰ ਖਬਰਾਂ ਵੀ ਵੇਖ ਰਿਹਾ ਸੀਗਾ, ਕਈ ਮੇਰੇ ਵੀਰ ਕਹਿੰਦੇ ਵੀ ਪੇਪਰ 2 ਦਿਨ ਲੇਟ ਹੋ ਗਏ ਜਾਂ ਇਹ 4 ਅਪ੍ਰੈਲ ਹੋ ਗਈ ਕਲੈਕਟ ਡੇਟ, ਇਹ ਕੋਈ ਨਹੀਂ ਹੋਈਗੀ, ਇਹ ਉਹੀ ਹੈ ਸਰਕਾਰੀ ਕਾਨੂੰਨ, ਸਰਕਾਰੀ ਫਰਮਾਨ ਵੀ 27 ਤਰੀਕ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਣੇ ਕਲੈਕਟ ਹੋਣੇ, ਅਤੇ 31 ਦਸੰਬਰ 2023 ਇਸੇ ਸਾਲ ਦੇ 31 ਦਸੰਬਰ ਤੱਕ ਕਲੈਕਟ ਹੁੰਦੇ ਰਹਿਣੇ ਆ, ਪਰ ਉਹਨਾਂ ਦਾ ਫਾਇਦਾ ਕੋਈ ਨਹੀਂ, 27 ਮਾਰਚ ਨੂੰ ਜਿਹੜੇ ਕਲੈਕਟ ਹੋ ਗਏ ਕਲੈਕਟ ਹੋ ਗਏ। ਅਤੇ ਪਰਫਾ ਤੂਰਿਆਂ 'ਤੇ ਬਹੁਤ ਵੀਰਾਂ ਦੇ ਕਮੈਂਟ ਆ ਰਹੇ, ਪਰਫਾ ਤੂਰੇ ਖਾਸ ਕਰਕੇ ਨਾਪੋਲੀ ਦਾ ਪਰਫਾ ਤੂਰਾ, ਨਾਪੋਲੀ ਦਾ ਪਰਫਾ ਤੂਰੇ ਦੀ ਅਪੁਆਇੰਟਮੈਂਟ ਨਹੀਂ ਮਿਲ ਰਹੀ, ਜਦੋਂ ਫੋਨ ਕਰਦੇ ਆ ਕਹਿੰਦੇ ਸਟਾਫ ਹੈ ਨਹੀਂ ਗਾ, ਤੁਹਾਨੂੰ ਬਾਅਦ 'ਚ ਮੈਸੇਜ ਕਰਾਂਗੇ। ਸੋ ਦੋਸਤੋ ਇਹਦੇ ਬਾਰੇ ਮੈਂ ਵੀ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਨਾਪੋਲੀ ਦੇ ਵਿੱਚ ਨਹੀਂ ਰਹਿੰਦਾ, ਨਾਪੋਲੀ ਦੇ ਵਿੱਚ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ, ਕਿਉਂਕਿ ਹੁਣ ਸਰਕਾਰ ਨੇ ਕਿਹਾ ਵੀ ਸੋਮਵਾਰ ਤੋਂ ਪਿੱਛੇ ਜੇ ਵੀ ਖਬਰਾਂ ਆਈਆਂ ਸੀਗੀਆਂ ਵੀ 27 ਮਾਰਚ ਤੋਂ ਜਿਹੜਾ ਸਟਾਫ ਪਰਫਾ ਤੂਰਿਆਂ ਦੇ ਵਿੱਚ ਪੂਰਾ ਕੀਤਾ ਜਾਊਗਾ, ਕਿਉਂਕਿ ਹੁਣ ਧੱਕਾ ਪੈਣਾ, 27 ਮਾਰਚ ਨੂੰ ਧੱਕਾ ਪੈਣਾ, ਇੱਕੇਦਮ ਪੇਪਰ ਕਲੈਕਟ ਹੋਣੇ ਆ, ਉਸ ਤੋਂ ਬਾਅਦ ਸਾਰੀਆਂ ਕਾਰਵਾਈਆਂ ਸ਼ੁਰੂ ਹੋਣੀਆਂ ਪੇਪਰਾਂ ਦੀਆਂ, ਅਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਆਏ ਆ ਉਹਨਾਂ ਨੂੰ ਹੀ ਅਪੁਆਇੰਟਮੈਂਟਾਂ ਨਹੀਂ ਮਿਲ ਰਹੀਆਂ, ਅਤੇ ਜਿਹੜੇ ਬਾਅਦ 'ਚ ਧੱਕਾ ਪੈਣਾ, ਬਾਅਦ 'ਚ ਬੰਦੇ ਆਉਣੇ ਆ, ਉਹਨਾਂ ਦਾ ਤਾਂ ਪਤਾ ਨਹੀਂ ਕੀ ਬਣੂਗਾ ਕੀ ਨਹੀਂ। ਹੁਣ ਇਹ ਤਾਂ
ਪਤਾ ਨਹੀਂ ਕੀ ਹੋਊਗਾ ਵੀ, ਸਰਕਾਰ ਹੀ ਜਾਣਦੀ ਆ ਵੀ ਕਿਸ ਹਿਸਾਬ ਨਾਲ ਇਹ ਹੈਂਡਲ ਕਰੂਗੀ। ਸਰਕਾਰ ਸਰਕਾਰ ਦੇ ਕੰਮ ਤੁਹਾਨੂੰ ਪਤਾ ਵੱਡੇ ਹੁੰਦੇ ਆ, ਇਹਨਾਂ ਨੇ ਹੈਂਡਲ ਕਰ ਲੈਣਾ। ਅਤੇ ਬਾਕੀ ਜਿਹੜੀਆਂ ਅੰਬੈਸੀ ਅਪੁਆਇੰਟਮੈਂਟਾਂ ਵੀ ਇਹ ਧੱਕਾ ਸਾਰੇ ਪਾਸੇ ਪੈਣਾ, ਇੱਕ ਇੱਧਰੋਂ ਭਰਫਾ ਤੁਰਿਆਂ ਦੇ ਪੈਣਾ, ਦੂਸਰੇ ਪਾਸੇ ਜਦੋਂ ਨੂਲੇ ਉਸਦੇ ਨਿਕਲਣ ਲੱਗ ਗਏ ਇੱਧਰੋਂ ਕੱਢ ਤੇ ਸਰਕਾਰ ਨੇ, ਉਸ ਤੋਂ ਬਾਅਦ ਅੰਬੈਸੀ ਦੇ ਧੱਕਾ ਪੈਣਾ, ਅੰਬੈਸੀ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਅੰਬੈਸੀ ਪਹਿਲਾਂ ਨਹੀਂ ਅਪੁਆਇੰਟਮੈਂਟਾਂ ਦੇ ਰਹੀ, ਅਤੇ ਇਹ ਤਾਂ ਹੁਣ ਬਸ ਉਹੀ ਕੰਮ ਚੱਲੂਗਾ, ਫਿਰ ਚੱਕੋ ਪੈਸੇ ਅਤੇ ਲਓ ਅਪੁਆਇੰਟਮੈਂਟ। ਅਤੇ ਅੰਬੈਸੀ ਅਪੁਆਇੰਟਮੈਂਟ ਦੀ ਅਪਡੇਟ ਮੈਂ ਤੁਹਾਨੂੰ ਦੱਸਦਾ ਅੰਬੈਸੀ ਦੀ, ਵੀ ਬੀਤੇ ਕੱਲ੍ਹ ਸ਼ੁੱਕਰਵਾਰ ਆ ਜਿਹੜੀਆਂ ਸਾਰਾ ਦਿਨ ਅਪੁਆਇੰਟਮੈਂਟਾਂ ਖੁੱਲੀਆਂ ਰਹੀਆਂ, ਅਪੁਆਇੰਟਮੈਂਟਾਂ ਖੁੱਲੀਆਂ ਰਹੀਆਂ ਅੰਬੈਸੀ ਦੀਆਂ ਸਾਰੀਆਂ ਕੈਟੇਗਰੀਆਂ ਦੀਆਂ, ਵਰਕ ਵੀਜ਼ੇ ਦੀਆਂ ਵੀ, ਟੂਰਿਸਟ ਵੀਜ਼ੇ ਦੀਆਂ ਵੀ, ਸਾਰੀਆਂ ਅਪੁਆਇੰਟਮੈਂਟਾਂ ਓਪਨ ਸੀਗੀਆਂ। ਪਰ ਜਦੋਂ ਅਪੁਆਇੰਟਮੈਂਟਾਂ ਲੱਗੇ ਆਪਾਂ ਜਾਂਦੇ ਸੀਗੇ, ਅਨਸਕਸੈਸਫੁੱਲ ਆ ਰਿਹਾ ਸੀਗਾ ਸਾਰੇ ਹਰ ਕੈਟਾਗਰੀ ਦੇ ਵਿੱਚ, ਇਹਨਾਂ ਨੇ ਅਪੁਆਇੰਟਮੈਂਟਾਂ ਤਾਂ ਖੋਲ੍ਹ ਦਿੱਤੀਆਂ, ਫਿਰ ਵਿੱਚੋਂ ਘੁੰਡੀ ਰੱਖ ਲੈਂਦੇ ਆ, ਪਤਾ ਨਹੀਂ ਕੀ ਚੱਕਰ ਕੀ ਕਰੀ ਜਾਂਦੇ ਆ, ਅਤੇ ਟਕਵਾਂਝੇ ਕਰੀ ਜਾਂਦੇ ਆ ਇਹ ਅੰਬੈਸੀ ਵਾਲੇ ਵੀ। ਅਤੇ ਬਾਕੀ ਕਿਸੇ ਤੋਂ ਅਪੁਆਇੰਟਮੈਂਟ ਬੁੱਕ ਨਹੀਂ ਹੋਈ, ਅਪੁਆਇੰਟਮੈਂਟਾਂ ਖੁੱਲ੍ਹੀਆਂ ਸੀ, ਕਿਸੇ ਤੋਂ ਬੁੱਕ ਨਹੀਂ ਹੋਏਗੀ। ਅਤੇ ਅੱਗੇ ਗੱਲ ਕਰਦੇ ਦੋਸਤੋ, ਅੱਜ ਬੀਤੇ ਕੱਲ੍ਹ ਹੀ ਲੇਬਰ ਮਿਨਿਸਟਰੀ ਵੱਲੋਂ ਇੱਕ ਜਿਹੜਾ ਨੋਟਿਸ ਆ ਜਿਹੜਾ ਜਾਰੀ ਕੀਤਾ ਗਿਆ ਬੀਤੇ ਕੱਲ੍ਹ, ਹਾਂ, ਅਤੇ ਜਿਹੜਾ ਕਿ ਪ੍ਰੋਸੈਸ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਸੈਸ ਸ਼ੁਰੂ ਹੋਊਗਾ ਵੀ ਜਿਹੜੀ 27 ਤਰੀਕ ਨੂੰ ਪੇਪਰ ਕਲੈਕਟ ਹੋਣੇ ਆ, ਉਸ ਤੋਂ ਬਾਅਦ ਦਾ ਪ੍ਰੋਸੈਸ, ਉਹਦੇ 'ਤੇ ਇੱਕ ਜਿਹੜੀ ਗਾਈਡਲਾਈਨ ਜਾਰੀ ਕੀਤੀ ਆ ਲੇਬਰ ਮਿਨਿਸਟਰੀ ਨੇ। ਗਾਈਡਲਾਈਨ ਕੀ ਆ, ਮਤਲਬ ਕੀ ਨਹੀਂ, ਮਤਲਬ 27 ਤਰੀਕ ਨੂੰ ਪੇਪਰ ਭਰਨ ਤੋਂ ਬਾਅਦ ਗਾਈਡਲਾਈਨ ਦੇ ਵਿੱਚ ਸਾਰਾ ਕੁਝ ਦੱਸਿਆ ਉਹਨਾਂ ਨੇ ਵੀ ਕਿਹਦੇ ਪੇਪਰ ਕੈਂਸਲ ਹੋ ਸਕਦੇ ਆ ਅਤੇ ਕਿਹਦੇ ਪੇਪਰ ਮਿਲਣਗੇ, ਇਹ ਸਾਰਾ ਗਾਈਡਲਾਈਨ ਦੇ ਵਿੱਚ ਦੱਸਿਆ। ਇਹ ਮੈਂ ਸਪੈਸ਼ਲ ਵੀਡੀਓ, ਅਗਲੀ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਪੂਰੀ ਸਕਰੀਨ ਰਿਕਾਰਡਿੰਗ ਕਰਕੇ, ਤਾਂ ਕਿ ਤੁਸੀਂ ਵੀ ਪੜ੍ਹ ਸਕੋ ਵੀ ਇਹਨਾਂ ਨੇ ਕੀ ਲਿਖਿਆ। ਕਈ ਤਾਂ ਮੇਰੇ ਵੀ ਕਹਿੰਦੇ ਵੀ ਆਪਦੇ ਕੋਲ ਛੱਡੀ ਜਾਂਦਾ, ਸੋ ਮੈਂ ਇਸ ਕਰਕੇ ਨਹੀਂ ਹੁਣ ਵੀਡੀਓ, ਕਿਉਂਕਿ ਵੀਡੀਓ ਵੀ ਬਹੁਤ ਲੰਬੀ ਹੋ ਜਾਣੀ ਹੈ। ਸਪੈਸ਼ਲ ਗਾਈਡਲਾਈਨ ਜਾਰੀ ਕਰਤੀ ਵੀ 27 ਤਰੀਕ ਨੂੰ ਸੋਮਵਾਰ ਨੂੰ ਪੇਪਰ ਕਲੈਕਟ ਹੋਣ ਤੋਂ ਬਾਅਦ ਆ ਜਿਹੜੀ ਗਾਈਡਲਾਈਨ ਆ, ਮਤਲਬ ਕਿਹਦੇ ਪੇਪਰ ਜਿਹੜੇ 30 ਦਿਨਾਂ ਦੇ ਵਿੱਚ ਮਿਲ ਜਾਣਗੇ, ਅਤੇ ਕਿਹਦੇ ਪੇਪਰ ਜਿਹੜੇ ਰਹਿ ਜਾਣਗੇ, ਅਤੇ ਕਿਹਦੇ ਪੇਪਰ ਕੈਂਸਲ ਹੋ ਜਾਣਗੇ, ਅਤੇ ਕਿਹਨੂੰ ਮੇਲਾਂ ਆਉਣੀਆਂ ਵੀ, ਕਿਸ ਟਾਈਪ ਦੀਆਂ ਮੇਲਾਂ ਆਉਣੀਆਂ ਮਾਲਕਾਂ ਨੂੰ, ਸੋ ਸਾਰੀ ਮੈਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਸਪੈਸ਼ਲ ਵੀਡੀਓ ਦੇ ਵਿੱਚ। ਸੋ ਇਹੀ ਸੀ ਦੋਸਤੋ ਨਵੀਂ ਤਾਜ਼ੀ ਅਪਡੇਟ, ਨਵੀਂ ਤਾਜ਼ੀ ਜਾਣਕਾਰੀ, ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।